ਐਫਆਈ ਦੇ ਵੱਲੋਂ ਦਵਿੰਦਰ ਸਿੰਘ ਢਿੱਲੋਂ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਦੋਵੇਂ ਹੱਥ ਜੋੜ ਕੇ ਬੜੀ ਮਾਣ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਅਸੀਸ ਫਿਲਮ ਦੀ ਅੱਜ ਮੀਡੀਆ ਰਿਲੀਜ਼ ਹੋ ਰਹੀ ਹੈ ਔਰ ਮੇਰੇ ਨਾਲ ਇੱਕ ਬੜੇ ਹੀ ਮੰਜੇ ਹੋਏ ਐਕਸਪਰਟ ਫਿਲਮ ਇੰਡਸਟਰੀ ਦੇ ਵਿੱਚ, ਆਈ ਹੈਵ ਸੀਨ ਯੂ ਇਨ ਸੋ ਮੈਨੀ ਫਿਲਮਸ ਔਰ ਬੜੇ ਹੀ ਇੰਨੇ ਕੈਰੈਕਟਰਸ ਕੀਤੇ ਨੇ ਤੁਸੀਂ, ਅਸੀਸ ਦਾ ਕੀ ਐਕਸਪੀਰੀਅੰਸ ਰਿਹਾ? ਆਸ਼ੀਸ ਦਾ ਐਕਸਪੀਰੀਅੰਸ ਮੇਰੇ ਵਾਸਤੇ ਲਾਜਵਾਬ ਸੀ। ਸਭ ਤੋਂ ਪਹਿਲੀ ਗੱਲ ਤਾਂ ਆਸ਼ੀਸ ਦੇ ਵਿੱਚ ਇਹ ਸੀ ਕਿ ਇਹ ਸਾਰੀ ਫਿਲਮ ਮੇਰੇ ਪਿੰਡ 'ਚ ਸ਼ੂਟ ਹੋਈ ਹੈ। ਅੱਛਾ ਜੀ, ਹਾਂ। ਔਰ ਮੇਰੇ ਪਿੰਡ ਵਾਲਿਆਂ ਨੇ ਇਸ ਫਿਲਮ ਦੀ ਸ਼ੂਟ ਦੇ ਦੌਰਾਨ ਇੰਨਾ ਸਾਥ ਦਿੱਤਾ, ਰਹੇ ਰੱਬ ਦਾ ਨਾਂ। ਮੈਂ ਸ਼ਾਮ ਨੂੰ ਦੇਖਦਾ ਸੀ ਮੇਰੇ ਪਿੰਡ 4 ਵਜੇ ਦੇ ਨਾਲ ਬੰਦਿਆਂ ਦੇ ਲੱਗੇ ਹੁੰਦੇ ਸੀ। ਮੈਨੂੰ ਪਹਿਲੇ ਦਿਨ ਇਹ ਲੱਗਿਆ, ਮੈਂ ਕਿਹਾ ਯਾਰ ਸ਼ੂਟਿੰਗ ਸਹੀ ਸਲਾਮਤ ਹੋ ਜਾਊ, ਪਰ ਕਿਸੇ ਬੰਦੇ ਨੇ ਇੱਕ ਆਵਾਜ਼ ਤੱਕ ਨਹੀਂ ਕੱਢੀ। ਉਹ ਮੈਂ ਕਿਹਾ ਬੱਲੇ ਬਹਿ, ਵੈਲੀਆਂ ਦਾ ਪਿੰਡ, ਇੱਥੇ ਤਾਂ ਇਹ ਹੁੰਦਾ ਸੀ ਕਿ ਦਿਵਾਲੀ ਸੁੱਕੀ ਲੰਘੀ ਤਾਂ ਬਹੁਤ ਸ਼ੁਕਰ ਹੈ ਰੱਬ ਦਾ, ਇਹ ਸਾਡੀ ਤਾਂ ਰੋਜ਼ ਦਿਵਾਲੀ ਹੋਣੀ ਹੈ 20-25 ਦਿਨ ਹਰ ਰੋਜ਼। ਲੇਕਿਨ ਜਿਹੜੇ ਕਦਾ ਦਰਵਾਜ਼ਾ ਖੜਕਾਇਆ, ਅੱਧੀ ਰਾਤ ਨੂੰ ਖੜਕਾ ਦੇ ਜਾ ਕੇ, ਜਿਹੜੇ ਕਦੋਂ ਕੋਈ ਸਮਾਨ ਚਾਹੀਦਾ ਕੁਛ, ਅਦਰਵਾਈਜ਼ ਫਿਲਮ ਵਾਲੇ ਨੂੰ ਤਾਂ ਇਹ ਸਮਝਦੇ ਆ ਵੀ ਸਾਡੇ ਕੋਲ ਕਰੋੜਪਤੀ ਅਰਬਪਤੀ ਪਤਾ ਨਹੀਂ ਕੀ ਆ ਗਏ, ਜੀ ਜੀ, ਜਿੱਥੇ ਕਦੇ ਮੰਜਾ ਢਾਉਣਾ ਉਹਦੇ ਲੋਕ ਪੈਸੇ ਮੰਗਦੇ ਆ, ਜਾਂ ਕਿਸੇ ਦਾ ਵਿਹੜਾ ਚਾਹੀਦਾ ਉਹਦੇ ਪੈਸੇ ਮੰਗਦੇ ਆ। ਇੱਧਰ ਮੋਹਾਲੀ ਦੇ ਆਸ ਪਾਸ ਛੁੱਟੀ ਹੁੰਦੀ ਹੈ, ਬਹੁਤ ਮਹਿੰਗੀ ਪੈਂਦੀ ਹੈ, ਕਿਤੇ ਗੱਡੀ ਖੜੀ ਕਰਨੀ ਹੈ ਪਾਰਕਿੰਗ ਦੇ ਪੈਸੇ ਮੰਗਦੇ ਆ। ਔਰ ਸਾਡੇ ਪਿੰਡ ਵਾਲਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਤਾਂ ਇਹ ਹੈ ਕਿ ਉਹਨਾਂ ਦੀਆਂ ਅਸੀਸਾਂ ਲੱਗ ਜਾਣੀਆਂ ਨੇ ਪਿੰਡ ਵਾਲਿਆਂ ਦੀਆਂ, ਸਾਡੇ ਨਾਲ ਸਾਰੇ ਪਿੰਡ ਦੇ ਅਸੀਸ ਸਾਡੇ ਨਾਲ ਸੀ ਬਣਾਉਂਦੇ ਸਮੇਂ। ਅਤੇ ਫਿਲਮ ਬਾਰੇ ਜਿਹੜਾ ਫਿਲਮ ਦਾ ਸਬਜੈਕਟ ਹੈ, ਮੁੱਦਾ ਹੈ, ਰਾਣਾ ਰਣਵੀਰ ਬਹੁਤ ਸੁਰਜਿਆ ਹੋਇਆ ਰਾਈਟਰ ਹੈ, ਬਹੁਤ ਕੁਛ ਪਹਿਲਾਂ ਲਿਖ ਚੁੱਕਿਆ, ਉੱਤੋਂ ਲਿਟਰੇਰੀ ਬੰਦਾ, ਲਿਟਰੇਚਰ ਪੜਿਆ ਹੋਇਆ। ਜਦੋਂ ਇਹ ਫਿਲਮ ਬਾਰੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਪਿੰਡ ਹੀ ਕਰਨੀ ਹੈ ਸ਼ੂਟਿੰਗ, ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਕਿਉਂਕਿ ਲੱਕੀ ਸੰਧੂ ਵੀ ਮੇਰੇ ਪਿੰਡੋਂ ਹੀ ਆ, ਹੈ ਜੀ, ਅਤੇ ਤੁਹਾਡਾ ਸਾਥ, ਮੈਂ ਕਿਹਾ ਸਾਥ ਜਿੰਨੀ ਜ਼ਰੂਰਤ ਹੈ ਉਨਾ ਹੀ ਰੱਬ ਨੇ ਸਾਥ ਦਿੱਤਾ। ਕਿ ਉਹਨਾਂ ਦਿਨਾਂ 'ਚ ਮੇਰੇ ਸ਼ੂਟ ਤੋਂ ਇਲਾਵਾ ਮੇਰੇ ਕੋਲ ਖਾਲੀ ਦਿਨ ਸੀ, ਮੈਨੂੰ ਕਹਿੰਦੇ ਸੋਹੀ ਸਾਹਿਬ ਇੱਥੇ ਰਹਿਣਾ, ਤੁਹਾਡਾ ਥਾਪੜਾ ਨਾਲ ਚਾਹੀਦਾ, ਉਹਨੇ ਦਿਨ ਪਿੰਡੋਂ ਨਹੀਂ ਜਾਣਾ ਤੁਸੀਂ। ਮੈਂ ਪਿੰਡੋਂ ਨਹੀਂ ਗਿਆ, ਉਹਨੇ ਦਿਨ ਬਿਲਕੁਲ ਨਾਲ ਰਿਹਾ। ਉਹਦਾ ਫਾਇਦਾ ਬਹੁਤ ਜ਼ਿਆਦਾ ਇਹ ਹੋਇਆ ਕਿ ਅਗਰ ਕੋਈ ਸ਼ਰਾਰਤੀ ਅਨਸਰ ਹੁੰਦਾ ਵੀ, ਜਦੋਂ ਮੈਂ ਉੱਥੇ ਖੜਾ ਸੀ, ਕਿਸੇ ਨੇ ਮੂੰਹ ਨਹੀਂ ਖੋਲਿਆ, ਕੋਈ ਬੋਲਿਆ ਨਹੀਂ, ਠੀਕ ਹੈ। ਉਹ ਫਿਲਮ ਮੇਕਿੰਗ ਵਿੱਚ ਬਹੁਤ ਸਹਾਈ ਹੋਏ ਸਾਡੇ ਪਿੰਡ ਦਾ ਕਰਾਊਡ, ਸਾਡੇ ਪਿੰਡ ਦੇ ਬੰਦੇ ਜਿੱਥੇ ਕਹਿ ਦਿਓ ਉੱਥੇ ਖੜ੍ਹਦੇ ਸੀ। ਫਰੈਸ਼ਨੈਸ ਇਹ ਰਹੂਗੀ ਫਿਲਮ ਦੇ ਵਿੱਚ ਕਿ ਅਗਰ ਕੋਈ ਵਨ ਲਾਈਨਰ ਐਕਟਰ ਚਾਹੀਦੇ ਹੁੰਦੇ, ਉਹ ਪਿੰਡ ਦੇ ਬੰਦੇ ਹਰ ਰੋਜ਼ ਕਿਸਾਨ ਜਥੇਬੰਦੀਆਂ 'ਚ ਨਾਅਰੇ ਲਾਉਣ ਵਾਲੇ, ਬੋਲਣ ਵਾਲੇ ਬੰਦੇ, ਬੁਲਾਰੇ ਗੁਰਦੁਆਰਿਆਂ 'ਚ ਜਿਹੜੇ ਪਾਠ ਪੂਜਾ ਕਰਦੇ ਬੰਦੇ, ਉਹਨਾਂ ਦੀ ਇਹ ਵੀ ਝਿੱਕ ਖੁੱਲ੍ਹੀ ਹੁੰਦੀ ਹੈ ਕਿ ਕੋਈ ਝਿੱਜਕ ਨਹੀਂ ਕਿ ਪਬਲਿਕ ਸਾਹਮਣੇ ਬੋਲਣਾ, ਕਿੱਦਾਂ ਕੀ ਕਰਨਾ, ਉਹ ਵੀ ਸਾਨੂੰ ਸਾਥ ਦਿੱਤਾ। ਉਹ ਲੱਗਦੇ ਨਹੀਂ ਸੀ ਕਿ ਅਸੀਂ ਸ਼ੂਟ ਕਰ ਰਹੇ ਹਾਂ। ਸੋ ਇਹ ਫਿਰ ਫਿਲਮ ਦੇ ਵਿੱਚ ਤੁਸੀਂ ਜਿਹੜੇ ਪਿੰਡ ਦੇ ਬੰਦੇ ਸੀ ਉਹਨਾਂ ਨੂੰ ਬੈਕਗਰਾਊਂਡ ਜਾਂ ਐਕਸਟਰਾ ਦੇ ਤੌਰ 'ਤੇ ਵੀ ਵਰਤਿਆ? ਐਜ਼ ਐਜ਼ ਐਕਟਰ ਵੀ ਯੂਜ਼ ਕੀਤਾ ਵਿੱਚ। ਅੱਛਾ, ਐਜ਼ ਐਨ ਐਕਟਰ। ਐਜ਼ ਐਕਟਰ ਵੀ, ਪਰ ਉਹਨੀ ਲਾਈਨਸ ਸੀਗੀਆਂ? ਯੈਸ, ਲਾਈਨ ਸੀ। ਅੱਛਾ ਅੱਛਾ, ਐਜੂਕੇਟ ਵੀ ਕੀਤਾ? ਐਜੂਕੇਟ ਰਾਣਾ ਜੀ, ਰਾਣਾ ਜੀ ਮੈਂ ਵੀ ਸਾਥ ਦਿੱਤਾ ਨਾਲ। ਹਾਂਜੀ ਹਾਂਜੀ, ਲਾਈਨਸ ਵਗੈਰਾ ਯਾਦ ਸੀ? ਮੇਰੇ ਯਾਦ, ਟੇਕਸ ਨਹੀਂ ਕਰਨੀਆਂ ਪਈਆਂ ਵਾਲੀਆਂ। ਮੇਰੇ ਭਾਈ ਸਾਹਿਬ ਨੂੰ ਕਿਹਾ ਕਿ ਰਾਣਾ ਵੀਰ ਜੋ ਇਹ ਪੋਸਟਰ ਹੈ, ਇਹ ਮੋਢਿਆਂ 'ਤੇ ਚੁੱਕੀ ਫਿਰਦੇ ਨੇ ਜੀ, ਇਹ ਤੋਂ ਜਾਣਗੇ ਇਹਨਾਂ ਦੇ ਕੋਲੋਂ ਦੀ ਇੱਕ ਸਮਾਈਲ ਦੇ ਕੇ ਲੰਘਣੀ ਹੈ ਕਿ ਆ ਪਾਗਲ ਮਾਂ ਨੂੰ ਇਹ ਚੱਕੀ ਫਿਰਦਾ। ਉਹ ਇੰਨੀ ਪਰਫੈਕਟ ਕਰਕੇ ਗਏ, ਮੈਂ ਕਿਹਾ ਛੋਟਾ ਵੀਰ ਮੇਰਾ, ਮੈਂ ਕਿਹਾ ਰਣਜੀਤ ਸਿੰਘ ਤੂੰ, ਕਹਿੰਦਾ ਦੇਖੋ ਇੱਕ ਤਾਂ ਹੁਣ ਤੇਰਾ ਭਰਾ ਹੈ ਐਕਟਰ ਦਾ, ਥੋੜ੍ਹਾ ਜਿਹਾ ਰੱਖ ਤਾਂ ਉਹ ਹੀ ਚੜ੍ਹ ਜਾਂਦਾ ਹੈ, ਇੱਕ ਫਿਰ ਗੱਲ ਮੇਰੇ ਪੱਲੇ ਅੱਛੀ ਤਰ੍ਹਾਂ ਪਾਤੀ। ਅਤੇ ਜ਼ਿੰਦਗੀ 'ਚ ਜਿਵੇਂ ਅਸੀਂ ਕਰਦੇ ਹਾਂ ਰੋਜ਼, ਕਿਸੇ ਨੂੰ ਮਸ਼ਕਰੀ ਕਰਦੇ, ਉਹ ਕਰਦੇ, ਉਹ ਮਸ਼ਕਰੀ ਵਾਲੀ ਗੱਲ ਹੈ, ਮੈਂ ਬੋਲਣਾ ਹੀ, ਬਸ ਦੇਖ ਕੇ ਆਏ ਲੰਘਣਾ। ਅੱਛਾ, ਉਹ ਇਹੋ ਜਿਹੇ ਬੜੇ ਪਿਆਰੇ ਬੰਦੇ ਮਿਲੇ, ਪੰਚਾਇਤ ਦੇ ਸੀਨ ਸੀ, ਹੋਰ ਸੀਨ ਸੀ, ਉਹਨਾਂ ਸੀਨਾਂ ਦੇ ਵਿੱਚ
ਅਸੀਂ ਪਿੰਡ ਵਾਲੇ ਲੋਕ ਯੂਜ਼ ਕੀਤੇ, ਇਸਤੇਮਾਲ ਕੀਤੇ, ਬਹੁਤ ਖੂਬਸੂਰਤ ਲੱਗਦਾ ਉਹ, ਤਾਜ਼ਗੀ ਲੱਗਦੀ ਹੈ। ਨਹੀਂ ਤਾਂ ਹਰ ਰੋਜ਼ ਉਹੀ ਚਿਹਰੇ ਉਹੀ ਚਿਹਰੇ ਉਹੀ ਚਿਹਰੇ, ਉਹ ਲੱਗਦਾ ਯਾਰ ਹਰ ਫਿਲਮ 'ਚ ਤਾਂ ਉਹੀ ਉਹੀ ਜਿਹੜੀ ਚੰਡੀਗੜ੍ਹ ਦੇ ਪਾਸ ਦੀ ਆਸ ਪਾਸ ਦੀ ਕਰਾਊਡ ਆ, ਟ੍ਰੇਨਡ ਕਰਾਊਡ ਵੀ ਹੋਗੀ ਉਹ, ਲੇਕਿਨ ਉਹੀ ਉਹੀ ਚਿਹਰੇ ਉਹੀ ਚਿਹਰੇ, ਉਹ ਲੱਗਦਾ ਨਹੀਂ ਕਿ ਇਹ ਬੰਦੇ ਨਾਲ ਘਟਨਾ ਵਾਪਰ ਰਹੀ ਹੈ ਜਾਂ ਕਿਸੇ ਨਵੇਂ ਪਿੰਡ ਵਾਪਰ ਰਹੀ ਹੈ। ਇਹ ਆਪਣਾ ਸੋਚ ਜਿੰਨੇ ਮੈਂ ਤੁਹਾਡੇ ਰੋਲਸ ਵੇਖੇ ਨੇ, ਯੂ ਆਰ ਕੁਆਈਟ ਅ ਲਾਊਡ ਐਕਟਰ, ਤੁਹਾਡੇ ਜਿਹੜੇ ਡਾਇਲੋਗਸ ਦੀ ਰਵਾਨਗੀ ਹੈ ਉਹ ਬੜੀ, ਇਸ ਇਸ ਕੈਰੈਕਟਰ ਦੇ ਵਿੱਚ ਥੋੜ੍ਹੀ ਜਿਹੀ ਸਟੋਰੀ ਮੈਂ ਹਾਲੇ ਵੇਖੀ ਨਹੀਂ ਹੈਗੀ, ਪਰ ਹਾਊ ਡਿਡ ਯੂ ਐਡਜਸਟ ਯੋਰਸੈਲਫ ਵੀ ਇਹਦੇ ਵਿੱਚ ਉਹ ਨਹੀਂ ਹੈਗਾ ਲਾਊਡ? ਪਰ ਜਿਹੜਾ ਮੈਂ ਕੈਰੈਕਟਰ ਕੀਤਾ ਜੀ ਲਾਊਡ ਨਹੀਂ ਹੈ, ਸਟਲਟੀ ਹੈ। ਉਹ ਕੀ ਹੁੰਦਾ ਕਈ ਵਾਰੀ ਮੈਨੂੰ ਖਾਸ ਤੌਰ 'ਤੇ ਮੈਂ ਦੇਖਿਆ, ਉਹ ਨਹੀਂ ਸੋਈ ਸਾਹਿਬ ਤੁਹਾਡੀ ਜਿਹੜੀ ਆਵਾਜ਼ ਹੈ ਨਾ, ਤੁਹਾਡਾ ਮਜ਼ਾ ਤਾਂ ਹੀ ਆਉਂਦਾ, ਪਿੰਡਾਂ ਵਾਲੀ ਜਨਤਾ ਬਹੁਤ ਖੁਸ਼ ਹੁੰਦੀ ਹੈ ਵੀ ਉਹ ਹਾ ਜੱਟ ਬੋਲਦਾ, ਕਮਾਲ ਕਰ ਦਿੰਦਾ। ਬਟ ਬੀਇੰਗ ਥੀਏਟਰ ਪਰਸਨ ਮੈਂ ਅੰਡਰ ਪਲੇਅ ਵੀ ਕਰਦਾ, ਸਭ ਕੁਛ ਕਰਦਾ, ਪਰ ਉਹ ਜਦੋਂ ਜਿਹੜੇ ਦਬਕੇ ਛਪਕੇ ਵਾਲੇ ਰੋਲ ਹੁੰਦੇ ਨੇ ਉਹ ਫਿਰ ਪੰਜਾਬੀ ਸੁਭਾਅ ਆਪਣਾ ਉਹ ਹੈ ਨਹੀਂ ਗਾ, ਉਹ ਜਿਹੜਾ ਮਿੰਡ ਮਿੰਡ ਜੀ ਕਰਨ ਵਾਲਾ ਸੁਭਾਅ ਨਹੀਂ। ਅਸੀਂ ਜੇ ਪਿਆਰ ਕਰਦੇ ਹਾਂ ਉਹ ਵੀ ਖੁੱਲ੍ਹ ਕੇ, ਅਸੀਂ ਦੁਸ਼ਮਣੀ ਨਿਭਾਉਂਦੇ ਉਹ ਵੀ ਖੁੱਲ੍ਹ ਕੇ, ਅਤੇ ਉਹ ਫਿਰ ਥੋੜ੍ਹਾ ਇਸ ਕਰਕੇ ਉਹ ਲਾਊਡ ਲੱਗਦਾ ਆਪਾਂ ਨੂੰ। ਇਹ ਇੱਥੇ ਵਾਲਿਆਂ ਨੂੰ ਖਾਸ ਤੌਰ 'ਤੇ ਜਿਨ੍ਹਾਂ ਨੇ ਹੋਲੀਵੁੱਡ ਦੀਆਂ ਫਿਲਮਾਂ ਦੇਖੀਆਂ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਲਾਊਡ ਹੈ, ਜਿਨ੍ਹਾਂ ਨੇ ਦਲੀਪ ਕੁਮਾਰ ਵਰਗੇ ਅੰਡਰ ਪਲੇਅ ਕਰਦੇ ਦੇਖੇ ਉਹਨਾਂ ਨੂੰ ਲੱਗਦਾ ਲਾਊਡ ਹੈ। ਪਰ ਪੰਜਾਬੀ ਸੁਭਾਅ ਨੂੰ ਬਹੁਤ ਪਸੰਦ ਹੈ। ਮੈਂ ਕਿਧਰੇ ਵੀ ਪਿੰਡਾਂ 'ਚ ਜਾਂਦਾ, ਉਹ ਕੋਈ ਕਹਿੰਦਾ ਮੇਰਾ ਚਾਚਾ ਤੇਰੇ ਵਰਗਾ ਹੈ, ਕੋਈ ਕਹਿੰਦਾ ਮੇਰਾ ਬਾਪੂ ਤੇਰੇ ਵਰਗਾ ਹੈ, ਕੋਈ ਉਹ ਕਨੈਕਸ਼ਨ, ਯੈਸ ਕਨੈਕਸ਼ਨ ਬੜਾ ਮਿਲਦਾ। ਥੈਂਕ ਯੂ ਐਂਡ ਬੈਸਟ ਆਫ ਲੱਕ। ਥੈਂਕ ਯੂ।